ਬਰਨਾਲਾ ਦੇ ਬਾਜਵਾ ਪੱਤੀ 'ਚ ਬਣੇ ਗੁਰਦੁਆਰਾ ਸਾਹਿਬ ਵਿੱਚ ਅਚਾਨਕ ਅੱਗ ਲੱਗ ਗਈ। ਕਾਰਨ ਸ਼ਾਰਟ ਸਰਕਟ ਦੱਸਿਆ ਗਿਆ ਹੈ। ਇਸ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਣ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕਾਂ ਅਤੇ ਆਸ ਪਾਸ ਦੇ ਸ਼ਹਿਰ ਵਾਸੀਆਂ ਨੇ ਮਿਲ ਕੇ ਅੱਗ 'ਤੇ ਕਾਬੂ ਪਾਇਆ। ਇਸ ਮੌਕੇ 'ਤੇ IGPC ਕਮੇਟੀ ਮੈਂਬਰ ਜਾਂਚ ਦੇ ਲਈ ਬੁਲਾਏ ਗਏ ਹਨ। ਇਹ ਅਗਨ ਭੇਟ ਹੋਇਆ ਜੀ, ਇੱਕ ਸਰੂਪ ਅਗਨ ਭੇਟ ਹੋਇਆਗਾ, ਉਹਦੀ ਅਸੀਂ ਪ੍ਰੋਪਰ ਪੜਤਾਲ ਕਰ ਰਹੇ ਹਾਂਗੇ। ਸ਼੍ਰੋਮਣੀ ਕਮੇਟੀ ਵੱਲੋਂ ਅਤੇ ਤਖ਼ਤ ਸਾਹਿਬ ਵੱਲੋਂ ਜਿਹੜੀ ਹੈ ਨੁਮਾਇੰਦੇ ਆ ਰਹੇ ਨੇ, ਉਹ ਸਾਰੀ ਵੈਰੀਫਾਈ ਕਰਨਗੇ ਕਿ ਕਿਉਂ ਘਟਨਾ ਹੋਈ ਹੈ, ਕੀ ਕਾਰਨ ਹੋਇਆ। ਕਿਉਂਕਿ ਬੜੀਆਂ ਸਖ਼ਤ ਹਦਾਇਤਾਂ ਸਨ ਅਕਾਲ ਤਖ਼ਤ ਸਾਹਿਬ ਵੱਲੋਂ, ਸ਼੍ਰੋਮਣੀ ਕਮੇਟੀ ਵੱਲੋਂ, ਕਿ ਮਹਾਰਾਜ ਦੇ ਸਰੂਪ ਜਿੱਥੇ ਵੀ ਨੇ ਉਹ ਪ੍ਰਬੰਧਕ ਕਮੇਟੀ ਦੀ ਡਿਊਟੀ ਬਣਦੀ ਹੈ ਕਿ ਉਹਨਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਪਹੁੰਚੇ। ਹਰ ਹਾਲਤ 'ਚ ਜਿਹੜੇ ਉਪਕਰਨ ਹੈਗੇ ਬਿਜਲੀ ਦੇ, ਉਹਨਾਂ ਤੋਂ ਵੀ ਸੁਰੱਖਿਅਤ ਰੱਖਿਆ ਜਾਵੇ। ਸੋ ਇਹ ਅਸੀਂ ਸਾਰਾ ਵੈਰੀਫਾਈ ਜਿਹੜਾ ਸ਼੍ਰੋਮਣੀ ਅਕਾਲ ਜਥੇਦਾਰ ਸਾਹਿਬ ਦੇ ਵੱਲੋਂ ਨੁਮਾਇੰਦੇ ਆ ਰਹੇ ਨੇ, ਉਹ ਸਾਰੀ ਪੜਤਾਲ ਕਰਨਗੇ। ਹੁਣ ਉਹ ਇਹ ਗੁਰਦੁਆਰਾ ਬਾਬਾ ਗਾਂਧਾ ਸਿੰਘ 'ਚ 8 ਸਰੂਪ, ਇੱਥੇ ਟੋਟਲ 9 ਸਰੂਪ ਸੀਗੇ, ਇੱਕ ਸਰੂਪ ਅਗਨ ਭੇਟ ਹੋਇਆਗਾ, 8 ਸਰੂਪ ਜਿਹੜੇ ਆ ਉਹ ਅਸੀਂ ਗੁਰਦੁਆਰਾ ਬਾਬਾ ਗਾਂਧਾ ਸਿੰਘ ਵਿਖੇ ਭੇਜ ਦਿੱਤੇ ਨੇ, ਅਤੇ ਬਾਕੀ ਜਿਸ ਤਰ੍ਹਾਂ ਹਦਾਇਤ ਆਊਗੀ ਉਸ ਤਰ੍ਹਾਂ ਅਸੀਂ ਉਹਦਾ ਪਾਲਣ ਕਰਾਂਗੇ। ਕੀ ਗਲਤੀ ਲੱਗਦੀ ਹੈ ਇਸ? ਦੇਖੋ ਜੀ, ਅਸੀਂ ਤਾਂ ਹਜੇ ਪਹਿਲੀ ਵੈਰੀਫਿਕੇਸ਼ਨ ਫੋਟੋਜ ਵਗੈਰਾ ਚੈੱਕ ਕਰਾਂਗੇ, ਸਾਰੀ ਟੀਮ ਆ ਰਹੀ ਹੈ ਕਿ ਫਿਰ ਚੈੱਕ ਕਰਕੇ ਫਿਰ ਹੀ ਕੁਛ ਕਹਿ ਸਕਾਂਗੇ ਇਹਦੇ ਬਾਰੇ ਵੀ ਕਈ ਕਾਰਨ ਹੈ। ਇਹ ਵੀ ਧਿਆਨ 'ਚ ਆਇਆ ਕਿ ਬਿਜਲੀ ਕਰਦੇ ਸੀ ਠੀਕ, ਉਹਦੇ ਨਾਲ ਕੋਈ ਝਟਕਾ ਲੱਗਿਆ ਗਾ, ਉਹ ਵੀ ਅਸੀਂ ਸਾਰੀ ਉਹ ਵੀ ਜਿਸ ਤਰ੍ਹਾਂ ਉਹਦੀ ਸਾਰੀ ਪੜਤਾਲ ਕੀਤੀ ਜਾਊਗੀ। ਮੌਕੇ 'ਤੇ ਪਹੁੰਚੀ ਪੁਲਿਸ ਦੁਆਰਾ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕੀਤੀ ਗਈ ਹੈ। DSP ਲਖਵੀਰ ਸਿੰਘ ਟਵਾਣਾ ਦਾ ਕਹਿਣਾ ਹੈ ਕਿ ਪੂਰੇ ਘਟਨਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੋਈ ਬੜੀ ਦੁਖਦਾਈ ਘਟਨਾ ਹੋਈ ਹੈ, ਗੁਰਦੁਆਰਾ ਸਾਹਿਬ ਬਾਜਵਾ ਪੱਤੀ ਸਾਹਿਬ ਦੇ ਅੰਗ ਅਗਨ ਭੇਟ ਹੋਏ ਨੇ। ਇਹਨਾਂ ਨੂੰ ਤੁਰੰਤ ਫਾਇਰ ਬ੍ਰਿਗੇਡ ਇੱਥੇ ਆ ਗਈ ਸੀਗੀ, ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਮਹੱਲਾ ਨਿਵਾਸੀਆਂ ਨੇ ਇਹਦਾ ਜਿੰਦਰਾ ਤੋੜ ਕੇ ਆਪਣਾ ਅੱਗ ਨੂੰ ਬੁਝਾ ਦਿੱਤਾ ਸੀਗਾ। ਅਤੇ ਤੁਰੰਤ ਉਸ ਤੋਂ ਬਾਅਦ ਮੈਂ ਪਹੁੰਚ ਗਿਆ, ਸਾਡੇ ਮੇਰੇ ਤੋਂ ਪਹਿਲਾਂ ਸਾਡੇ SHO ਸਾਹਿਬ ਪਹੁੰਚ ਗਏ, ਸਾਡੇ SP ਸਾਹਿਬ, PV ਅਤੇ PCR ਦੀਆਂ ਟੀਮਾਂ ਇੱਥੇ ਹਾਜ਼ਰ ਹੈ। ਅਤੇ ਜੋ ਅਗਨ ਭੇਟ ਹੋਏ ਅਵਸ਼ੇਸ਼ ਬਚੇ ਨੇ ਉਹਨਾਂ ਨੂੰ ਅਸੀਂ ਗੁਰਦੁਆਰਾ ਸਾਹਿਬ ਸਿੰਘ ਸਭਾ ਪਹੁੰਚਾ ਦਿੱਤਾ ਹੈ। ਹਾਂਜੀ, ਉਹਨਾਂ ਦੇ ਦੱਸਣ ਦੇ ਮੁਤਾਬਕ ਕਿ ਜਿਹੜੇ ਇੱਥੇ ਹੋਰ ਜਿਨ੍ਹਾਂ ਨੇ ਬੁਝਾਈ ਹੈ, ਪਹਿਲਾਂ ਟਰਾਂਸਫਾਰਮਰ 'ਤੇ ਪਟਾਕਾ ਪਿਆ ਹੈਗਾ ਤਾਂ ਸ਼ਾਰਟ ਸਰਕਟ ਹੋਇਆ, ਫਿਰ ਉਸ ਤੋਂ ਬਾਅਦ ਅੰਦਰ ਅੱਗ ਲੱਗੀ ਹੈ। ਅਤੇ ਇਹਨਾਂ ਨੇ ਜਿੰਦਰਾ ਤੋੜ ਕੇ, ਮੁਹੱਲੇ ਵਾਲਿਆਂ ਨੇ, ਕਿਉਂਕਿ ਸੇਵਾਦਾਰ ਇੱਥੇ ਹੈ ਨਹੀਂ ਸੀ ਉਸ ਟਾਈਮ 'ਤੇ, ਜਿੰਦਰਾ ਤੋੜ ਕੇ ਫਿਰ ਇਹ ਬੁਝਾਇਆ। ਬਾਕੀ ਇਹਦੇ ਲਈ ਬਿਜਲੀ ਬੋਰਡ ਦੀ ਟੀਮ ਅਤੇ ਫੋਰੈਂਸਿਕ ਟੀਮ ਪਹੁੰਚ ਰਹੀ ਹੈ, ਅਸਲ ਕਾਰਨ ਉਹ ਕਲੀਅਰ ਕਰਦੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।